ਉਹ ਬਾਅਦ ਸਾਨੂੰ ਸਾਡੇ ਸਾਰੇ ਸਮਾਜ ਨੂੰ ਇਹ ਸੇਧ ਲੈਣੀ ਚਾਹੀਦੀ ਆ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਅਨਜਾਣ ਬੱਚੇ ਬੱਚੀਆਂ ਜੋ ਗਲਤੀਆਂ ਕਰਦੇ ਆ ਇਹ ਕਿਸ ਵਜ੍ਹਾ ਕਰਕੇ ਵਧੀ ਆ ਸਾਡੇ ਮਾਂ ਬਾਪ ਨੂੰ ਜ਼ਬਰਦਸਤੀ ਮੋਟਰਸਾਈਕਲਾਂ ਬਹੁਤ ਛੋਟੀ ਮੋਟੀ ਬੱਚੇ ਲੈ ਲੈਂਦੇ ਨੇ ਔਰ ਛੋਟੇ ਛੋਟੇ ਬੱਚੇ ਹੀ ਮੋਬਾਈਲ ਦੀ ਜੋ ਵਰਤੋਂ ਕਰਦੇ ਆ ਉਹ ਤੋਂ ਵੀ ਬਹੁਤ ਬੁਰਾ ਅਸਰ ਪੈਂਦਾ ਵਾ ਸਾਨੂੰ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਆ ਆਪਣੇ ਬੱਚਿਆਂ ਤੇ ਸਭ ਤੋਂ ਜ਼ਿਆਦਾ ਕੰਟਰੋਲ ਕਰੋ ਕਿਉਂਕਿ ਇਹ ਤੋਂ ਪਹਿਲਾਂ ਕਿਉਂਕਿ ਬਹੁਤ ਵੱਡੀ ਘਟਨਾ ਵਾ ਔਰ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਰਿਸ਼ਤੇਦਾਰਾਂ ਦੇ ਪਰਿਵਾਰਾਂ ਨੂੰ ਇੰਨੀ ਦੁੱਖ ਦੀ ਘੜੀ ਦੇ ਵਿੱਚ ਉਹ ਅੱਜ ਇੱਥੇ ਬੈਠੇ ਨੇ ਬਲਕਿ ਸਾਰਾ ਸਮਾਜ ਉਹਨਾਂ ਦੇ ਨਾਲ ਇਹ ਝੰਡ ਤੇ ਨਹੀਂ ਜਾ ਕੇ ਬੈਠਾ ਸਕਦਾ ਲੇਕਿਨ ਅਸੀਂ ਉਹਨਾਂ ਨੂੰ ਦੁੱਖ ਸੁੱਖ ਦਿੱਤੇ ਇਸ ਫਿਕਰ ਦੇ ਤਨ ਮਨ ਧੰਦ ਨਾਲ ਉਹਨਾਂ ਦੇ ਮੋਢੇ ਦਾ ਮੁਕਾਬਲਾ ਕਰਨ ਖੜੇ ਮਿਲ ਗਏ ਜਿੱਥੇ ਵੀ ਸਾਡੀ ਜ਼ਰੂਰ ਸਮਝੇ ਇਹ ਹਮੇਸ਼ਾ ਉਹਨਾਂ ਦੇ ਨਾਲ ਵਾਹਿਗੁਰੂ ਧੰਨਵਾਦ ਹੈ ਜੀ ਮਨਪ੍ਰੀਤ ਸਿੰਘ ਪਟਿਆਲੇ ਤੋਂ ਪਹੁੰਚੇ ਨੇ ਉਹ ਵੀ ਆਪ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਸਾਥ ਪਾਉਣਗੇ ਕਿਰਪਾ ਕਰਕੇ ਆਪ ਦੇ ਆਓ ਮਨਪ੍ਰੀਤ ਸਿੰਘ ਜੀ ਪਟਿਆਲੇ ਹੁਣੇ ਕਹਿ ਰਹੇ ਸੀ ਸਮੇਂ ਵਾਸਤੇ ਇੱਕ ਬੇਨਤੀ ਹੈ ਜੇ ਕੋਈ ਵੀਰ ਕਈ ਵਾਰ ਆਪਾਂ ਇਹ ਸਮਝ ਲੈਂਦੇ ਹਾਂ ਦੁੱਖ ਦੀ ਘੜੀ ਹੈ ਵੈਸੇ ਤਾਂ ਬਹੁਤ ਦੁੱਖ ਸਾਰਿਆਂ ਦੇ ਹੀ ਹੈ ਸਾਰੇ ਦੁੱਖ ਦੇ ਵਿੱਚ ਹੀ ਆਏ ਆ ਜੇ ਕਿਸੇ ਵੀਰ ਨੇ ਆਉਣਾ ਹੋਵੇ ਸਟੇਜ ਦੇਖ ਕੇ ਉਹ ਆ ਸਕਦਾ ਤੇ ਆਪਣਾ ਜੋ ਮਨ ਦਾ ਬਦਲਦਾ ਉਹ ਰੱਖੇ ਤੇ ਇਹਨਾਂ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਬੜਾ ਪ੍ਰਸ਼ਾਦ ਦੀ ਦੇਖਭਾਲ ਤੇ ਵੀ ਵੀਰ ਜੀ ਦੇ ਜਿਹੜੇ ਆਪਣੀ ਲੰਚਾਰੇ ਸਾਂਝ ਪਾਉਣਗੇ ਜਾਪ ਹੋਵੇਗਾ ਜੇ ਕਿਸੇ ਵੀਰ ਨੇ ਆਉਣਾ ਹੈ ਤਾਂ ਉਹ ਸਟੇਜ ਦੇ ਪਾਸ ਪਹੁੰਚ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਜੋ ਸਾਡੇ ਵੀਰ ਹਰਚਰਨ ਸਿੰਘ ਜੋ ਕਿ ਆਪਾਂ ਇਹ ਕਹਿ ਲਈਏ ਸਾਥੀ ਹੋਈਏ ਸਾਡੇ ਨਾਲ ਧੱਕਾ ਹੋਇਆ ਆਪਾਂ ਪਟਿਆਲੇ ਤੋਂ ਪਹੁੰਚੇ ਹਾਂ ਜੀ ਪੰਜਾਬ ਤੋਂ ਸਾਡਾ ਇਸ ਬੱਚੇ ਨਾਲ ਇੱਕ ਧਾਰਮਿਕ ਗਰੁੱਪ ਵੱਟ ਸਕਦੇ ਸੀ ਉਹਦੇ ਜ਼ਰੀਏ ਆਪਾਂ ਨਾਲ ਪਿਆਰ ਸੀ ਧਾਰਮਿਕ ਗਰੁੱਪ ਵਿੱਚ ਬੱਚਾ ਜੋ ਹੋਇਆ ਸਾਡੇ ਨਾਲ ਤੇ ਮੈਂ ਜਦੋਂ ਇਹਨਾਂ ਨੂੰ ਮੈਸੇਜ ਕੀਤਾ ਮੈਂ ਕਿਹਾ ਵੀ ਤੁਸੀਂ ਕਿੱਥੇ ਤੋਂ ਇਹ 2018 ਨੂੰ ਲੱਗੀ ਤੇ ਬੱਚਾ ਕਹਿੰਦਾ ਅਸੀਂ ਜੁਗਤੀ ਤੋਂ ਹਾਂ ਮੈਂ ਕਿਹਾ ਜੁਗਤੀ ਵਿੱਚ ਇੰਨੇ ਮੁਰਸ਼ਕ ਬੱਚੇ ਹੈਗੇ ਨੇ ਮੈਨੂੰ ਪਤਾ ਨਹੀਂ ਸੀ ਕਿ ਇੰਨੀ ਕੌਮ ਸਾਡੀ ਜੁਗਤੀ ਬੈਠੀ ਹੈ ਇਹ ਬੱਚੇ ਨੇ ਜਾਣਕਾਰੀ ਦਿੱਤੀ ਕਿ ਇਹਦੇ ਇੱਥੇ ਮਿੰਨੀ ਪੰਜਾਬ ਹੈ ਬੜਾ ਸੋਹਣੇ ਲੋਕ ਨੇ ਇੱਥੇ ਇਹਦੇ 10-15 ਮੁੰਡੇ ਨੇ ਸਾਨੂੰ ਹੋਰ ਵੀ ਧਾਰਮਿਕ ਗਰੁੱਪ ਵਿੱਚ ਐਡ ਕਰ ਸੋ ਜਦੋਂ ਇਸ ਘਟਨਾ ਦਾ ਸਾਨੂੰ ਪਤਾ ਲੱਗਾ ਵੀ ਸਾਡਾ ਭਰਾ ਸਾਡਾ ਇੱਕ ਸਾਥੀ ਜਿਹੜਾ ਗੁਰਮਤ ਨਾਲ ਜੁੜਿਆ ਹੈ ਸਿੱਖੀ ਸਿਧਾਂਤ ਨਾਲ ਜੁੜਿਆ ਦਸਤਾਰ ਬਹੁਤ ਸੋਹਣੀ ਕੱਢਦੇ ਨੇ ਇੱਕ ਛੋਟੀ ਉਮਰ ਹੈ ਤੇ ਛੋਟੀ ਉਮਰ ਵਿੱਚ ਮਾਂ ਬਾਪ ਦਾ ਫਰਜ਼ ਬਣਦਾ ਹੈ ਬੱਚੇ ਨੂੰ ਸਮਝਾਉਣਾ ਚਾਹੇ ਉਹ ਮਾਂ ਬਾਪ ਇਹ ਨਹੀਂ ਕਿ ਜਿਹਨਾਂ ਨੇ ਜਨਮ ਦਿੱਤਾ ਉਹੀ ਜੇ ਸਾਡੇ ਗਲੀ ਮੁਹੱਲੇ ਵਿੱਚ ਕੋਈ ਛੋਟਾ ਬੱਚਾ ਗਲਤੀ ਕਰਦਾ ਤਾਂ ਉਹਨੂੰ ਸਮਝਾਉਣਾ ਸਾਡਾ ਸਾਰਿਆਂ ਬਜ਼ੁਰਗਾਂ ਦਾ ਫਰਜ਼ ਬਣਦਾ ਔਰ ਇਹ ਇਕੱਲਾ ਸਾਡੇ ਮੁੰਡੇ ਦੇ ਪਾਣੀ ਵਿੱਚ ਨਹੀਂ ਕਿ ਕੁੜੀ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਆਪਣੀ ਧੀ ਨੂੰ ਸਮਝਾ ਕੇ ਰੱਖਣ ਔਰ ਬੱਚਿਆਂ ਨੂੰ ਵੀ ਚਾਹੀਦਾ ਮੁੰਡਿਆਂ ਨੂੰ ਔਰ ਜੇ ਸਮੱਸਿਆ ਵਿਗੜ ਵੀ ਜਾਂਦੀ ਹੈ ਤਾਂ ਪਰ ਸੰਗਤ ਵੀ ਉੱਥੇ ਬੈਠ ਕੇ ਉਸਦਾ ਹੱਲ ਵੀ ਨਹੀਂ ਹੋ ਸਕਦਾ ਸੌ ਹੱਲ ਹੁੰਦੇ ਨੇ ਪਰ ਉਹਦਾ ਹੱਲ ਇਹ ਵੀ ਨਹੀਂ ਕਿ ਕਿਸੇ ਦੇ ਬੱਚੇ ਨੂੰ ਕੋਹ ਕੋਹ ਕੇ ਮਾਰ ਦੇਣਾ ਸੋ ਆਪ ਸਰਵ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਬੱਚੇ ਦਾ ਬੜਾ ਸਾਥ ਦਿੱਤਾ ਹੈ ਤੁਸੀਂ ਵਟਸਐਪ ਦੇ ਰਾਹੀਂ ਯੂਟਿਊਬ ਦੇ ਰਾਹੀਂ ਜਾਂ ਤੁਸੀਂ ਥਾੜੇ ਵਿੱਚ ਇੱਕ ਭਰਾਓ ਕਰਕੇ ਉਸ ਬੱਚੇ ਦੀ ਆਵਾਜ਼ ਬੁਲੰਦ ਕੀਤੀ ਹੈ ਜਿੰਨੇ ਵੀ ਸਾਡੇ ਇੱਥੇ ਜੁੜੇ ਹੋਏ ਨੇ ਕਿਸਾਨ ਮਸਲੇ ਨਾਲ ਜਾਂ ਸਾਡੇ ਪ੍ਰਚਾਰਕ ਨੇ ਤੇ ਉਹਨਾਂ ਦੇ ਵੀ ਚਰਨਾਂ ਵਿੱਚ ਬੇਨਤੀ ਬੜੇ ਸੋਹਣੇ ਉਹ ਖਿਆਲ ਰੱਖ ਕੇ ਗਏ ਨੇ ਕਿ ਆਪਾਂ ਬੱਚਿਆਂ ਨੂੰ ਕਿਸ ਨਾਲ ਗੁਰਮਤ ਨਾਲ ਜੋੜੀਏ ਬਾਣੀ ਨਾਲ ਜੋੜੀਏ
ਤੇ ਉਹਨਾਂ ਨੇ ਇੱਕ ਗੱਲ ਹੋਰ ਵੀ ਬੜੀ ਪਿਆਰੀ ਕਹੀ ਕਿ ਆਪਾਂ ਇੱਥੇ ਜੰਗਲ ਵਾਂਗ ਦੂਰ ਦੂਰ ਬੈਠੇ ਹਾਂ ਤੇ ਸਾਨੂੰ ਏਕਤਾ ਬਣਾ ਕੇ ਰੱਖਣੀ ਚਾਹੀਦੀ ਹੈ। ਇਹ ਬੜੀ ਸੋਹਣੀ ਉਹਨਾਂ ਨੇ ਗੱਲ ਕਹੀ ਹੈ, ਬੇਨਤੀ ਹੈ ਕਿ ਤੁਸੀਂ ਇਹ ਸਾਰੇ ਜਿਹੜੇ ਗੁਰਸਿੱਖ ਹੋ ਇੱਥੇ ਏਕਤਾ ਬਣਾ ਕੇ ਰੱਖੋ। ਇੱਕ ਨੂੰ ਜੇ ਭੀੜ ਪੈਂਦੀ ਹੈ ਤੇ ਸਾਰੇ ਖੜੇ ਹੋ ਜਾਓ ਜਿਵੇਂ ਇਸ ਮਸਲੇ ਤੇ ਖੜੇ ਹੋ ਗਏ, ਤਾਂ ਜੋ ਸਾਨੂੰ ਆਉਣ ਵਾਲੇ ਸਮੇਂ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਏਕਾ ਬਣਾ ਕੇ ਰੱਖੋ, ਕੋਈ ਇਹ ਨਾ ਕਿ ਸਰਦਾਰੀ ਆਪਸ ਦੇ ਵਿੱਚ ਉੜਦੇ ਜਾਂਦੇ ਨੇ, ਏਕਾ ਬਣਾ ਕੇ ਰੱਖੋ, ਗੁਰਸਿੱਖੀ ਦਾ ਆਪਾਂ ਪ੍ਰਚਾਰ ਇਸ ਤਰੀਕੇ ਨਾਲ ਕਰੀਏ। ਸੋ ਬੜਾ ਮਨ ਭਰਿਆ ਸਾਧ ਸੰਗ ਦੀ ਮੂੰਗਣ ਦਾ ਤੇ ਹਿੰਮਤ ਨਹੀਂ ਸੀ, ਪਤਾ ਨਹੀਂ ਕਿਵੇਂ ਸਾਧੂ ਨੇ ਬਖਸ਼ ਦਿੱਤੀ ਹੈ। ਤੇ ਆਪਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਪਰਿਵਾਰ ਦੇ ਨਾਲ ਖੜੇ ਹੋ। ਅੱਜ ਆਪਾਂ ਭੋਗ ਤੇ ਆਏ ਹਾਂ ਨਜ਼ਾਰਾ ਦੀ ਗੱਡੀ 'ਚ, ਤੇ ਹੋ ਸਕਦਾ ਕੱਲ੍ਹ ਨੂੰ ਆਪਾਂ ਸਾਰਿਆਂ ਦੇ ਘਰੋਂ ਘਰੀ ਚਲੇ ਜਾਣੇ ਅੱਜ ਤੇ ਮੁੜ ਕੇ ਪਰਿਵਾਰ ਨੇ ਇਕੱਲੇ ਰਹਿ ਜਾਣਾ, ਇਹ ਸੱਚਾਈ ਹੈ। ਉਹਦੇ ਵਾਸਤੇ ਆਪਾਂ ਕੀ ਕਰਨਾ, ਸੰਗਤ ਜੀ ਵੀ ਇਲਾਕੇ ਦੇ ਵਿੱਚ ਜਿਹੜੇ ਤੁਸੀਂ ਨੇੜੇ ਨੇੜੇ ਰਹਿੰਦੇ ਹੋ ਉਹ ਸਾਰੇ ਉਹਨਾਂ ਨਾਲ ਮੇਲ ਰੱਖਿਓ। ਜਿਵੇਂ ਅਸੀਂ ਸਵੇਰੇ ਗਏ ਸੀ, ਮਾਤਾ ਹੋਰਾਂ ਨੂੰ ਮਿਲੇ, ਸਾਡੀਆਂ ਭੈਣਾਂ ਨੂੰ ਵੀ ਮਿਲੇ, ਤੇ ਜਿੰਨਾ ਸਾਡੇ ਤੋਂ ਸਰਿਆ ਆਰਤੀ ਦੇ ਤੌਰ ਤੇ ਆਪਾਂ ਉਹਦੀ ਸੇਵਾ ਕੀਤੀ। ਤੇ ਮੈਂ ਤੁਹਾਡੇ ਚਰਨਾਂ ਵਿੱਚ ਵੀ ਬੇਨਤੀ ਕਰਨਾ ਕਿ ਪਰਿਵਾਰ ਬਹੁਤਾ ਵੱਡਾ ਨਹੀਂ ਕਿ ਉਹਨਾਂ ਨਾਲ ਮੱਥਾ ਲਾ ਸਕੀਏ, ਤੁਸੀਂ ਸਾਰੇ ਆਰਥਿਕ ਤੌਰ ਤੇ ਵੀ ਮਦਦ ਕਰਿਓ, ਤਾਂ ਜੋ ਕਿਉਂਕਿ ਕੋਰਟਾਂ ਕਚਹਿਰੀਆਂ ਵਿੱਚ ਵਕੀਲਾਂ ਨੂੰ ਉੱਥੇ ਕੁਛ ਨਹੀਂ ਪੁੱਛਣਾ, ਉੱਥੇ ਪੈਸੇ ਲੱਗਦੇ ਆ। ਇਸ ਕਰਕੇ ਬੇਨਤੀ ਹੈ ਸਾਰੀ ਸੰਗਤ ਨੂੰ ਕਿ ਮੁੜ ਕੇ ਛੱਡਣਾ ਨਹੀਂ ਇਸ ਪਰਿਵਾਰ ਨੂੰ, ਆਰਥਿਕ ਤੌਰ ਤੇ ਵੀ ਮਦਦ ਕਰਨੀ ਹੈ। ਤੇ ਸਾਧ ਸੰਗ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੀਰ ਹਰਜਨ ਸਿੰਘ ਨੂੰ ਗੁਰੂ ਪਾਤਸ਼ਾਹ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਔਰ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜਿਹੜੇ ਮਾਂ ਨਾਲ ਅਤੇ ਇਹਨਾਂ ਭੈਣਾਂ ਨਾਲ, ਕਿਉਂਕਿ ਇੱਕ ਭੈਣ ਨੂੰ ਵੇਖਿਆ ਸਵੇਰੇ ਮਿਹਨਤ ਨਹੀਂ ਬੈਠੀ ਹੈ ਤੇ ਉਹਨਾਂ ਨੂੰ ਜਨਮ ਤੇ ਵੇਖਿਆ ਵੀ ਨਹੀਂ ਹੋਣਗੇ ਉਹਦਾ ਬੱਚਾ ਕਿੰਨਾ ਹੋ ਜਾਂਦਾ। ਇਸ ਕਰਕੇ ਸਾਧ ਸੰਗਤ ਜੀ ਬੜਾ ਵੱਡਾ ਜੁਰਮ ਹੋਇਆ, ਕੋਈ ਪਾਪ ਹੋਇਆ, ਮੈਂ ਕਹਿੰਦਾ ਇਹ ਪਾਪ ਦੇ ਵਿੱਚ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਤੁਸੀਂ ਸਾਰੇ ਇਸ ਪੱਖ ਵਿੱਚ ਖੜੇ ਹੋ, ਇਹ ਸੱਚਾਈ ਹੈ, ਜੋ ਮਰਜ਼ੀ ਤੋਂ ਝੂਠ ਮਾਰੇ ਇਹ ਸੱਚ ਹੈ, ਉਹਨਾਂ ਨੇ ਕਦਰ ਕੀਤੀ ਬੱਚੇ ਨਾਲ ਔਰ ਆਪਣੇ ਉਪਰਾਸ਼ ਛੁਪਾਰੇ ਪਰ ਇਸ ਕਦਰ ਦੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮੈਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਬੇਨਤੀ ਕਰਨਾ ਕਿ ਉਸ ਉੱਤੇ ਕੀਤੇ ਹੋਈ ਕਦਰ ਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ, ਕਿਉਂਕਿ ਗੁਨਾਹ ਦੀ ਸਜ਼ਾ ਤਾਂ ਮਿਲਣੀ ਚਾਹੀਦੀ, ਕਿਉਂਕਿ ਮਸਲੇ ਦਾ ਹੱਲ ਬਹਿ ਕੇ ਹੋ ਸਕਦਾ ਸੀ, ਪੰਚਾਇਤ ਬਣਾਉਂਦੇ ਹੋ, ਬੰਨ ਲਈਦੇ, ਜੋ ਮਰਜ਼ੀ ਕਰਦੇ, ਪਰ ਇਹ ਕੀ ਹੋਇਆ ਕਿ ਇਹਨਾਂ ਮਾਸੂਮ ਬੱਚੇ ਨੂੰ ਤੁਸੀਂ ਕੋ ਕੋ ਕੇ ਮਾਰ ਦਿੱਤਾ। ਇਸ ਕਰਕੇ ਤੁਸੀਂ ਸਾਰੀ ਸੰਗਤ ਅੱਜ ਵੀ ਖੜੇ ਹੋ, ਕੱਲ੍ਹ ਵੀ ਖੜੇ ਹੋ ਤੇ ਗੁਆਂਢੀਆਂ ਨੂੰ ਬੇਨਤੀ ਹੈ ਭਾਈ ਤੁਸੀਂ ਗੇੜਾ ਰੱਖਿਓ, ਆਪਣੇ ਬੱਚੇ ਨੂੰ ਨਾਲ ਲੈ ਕੇ ਤੁਰ ਜਾਓ, ਤਾਂ ਜੋ ਮਾਂ ਦਾ ਦਿਲ ਠਿਕਿਆ ਗਿਆ। ਸੋ ਇਹ ਬੇਨਤੀਆਂ ਪ੍ਰਵਾਨ ਕਰਿਓ। ਤੇ ਇੱਕ ਸਾਡੇ ਹੋਣ ਆਇਆ ਸੀ ਕਿਰਤੀ ਕਿਸਾਨ ਪਟਿਆਲਾ ਜਿਹੜੇ ਬੈਠੇ ਆ ਜੀ ਬਾਰਡਰ ਤੇ, ਉਹ ਵੀ ਕਹਿੰਦੇ ਸੀ ਸਾਡੀ ਹਾਜ਼ਰੀ ਪ੍ਰਵਾਨ ਕਰਿਓ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ, ਵੀਰ ਚਰਨੂ ਮਹਾਰਾਜ ਦਾ ਪੁੱਤਰ ਦਾ ਸੁਆਸ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਜੀ, ਆਪ ਜੀ ਕਾਫੀ ਲੰਬੇ ਸਮੇਂ ਤੋਂ ਵਿਚਾਰਾਂ ਸਾਰਨ ਕਰ ਰਹੇ ਹੋ, ਸੀਮਤ ਸਮੇਂ ਵਿੱਚ ਗੁਰੂ ਘਰ ਦੇ ਵਜ਼ੀਰ ਹਰਪਾਲ ਸਿੰਘ ਜੀ ਮਾਧੋਪੁਰ ਤੋਂ, ਉਹਨਾਂ ਨੇ ਵੀ ਆਪ ਜੀ ਨਾਲ ਉਹਨਾਂ ਦਾ ਮਨ ਕੀਤਾ ਹੈ। ਸੋ ਇਸ ਤੋਂ ਉਪਰੰਤ ਗੁਰੂ ਕੀ ਦੇਹ ਵਾਹਿਗੁਰੂ ਗੁਰਮੰਤਰ ਦਾ ਜਾਪ ਹੋਵੇਗਾ, ਆਪ ਜੀ ਆਓ ਔਰ ਗੁਰੂ ਘਰ ਦੇ ਵਜ਼ੀਰ ਦਾ ਜੋ ਰੁਤਬਾ ਹੈ ਉਹ ਬਹੁਤ ਉੱਚਾ ਹੋਇਆ ਕਰਦਾ ਹੈ। ਸੋ ਇਹਨਾਂ ਦਾ ਮਨ ਹੈ ਕਿ ਮੈਂ ਵੀ ਇਸ ਸਮੇਂ ਤੇ ਕੁਛ ਆਪ ਜੀ ਨਾਲ ਸਾਂਝਾ ਕਰਾਂ। ਆਪ ਜੀ ਭਲੀ ਭਾਂਤ ਜਾਣਦੇ ਹੋ ਜੋ ਕਿ ਇਸ ਦੁੱਖ ਦੀ ਘੜੀ ਦੇ ਇਸ ਪਰਿਵਾਰ ਦੀ ਦੁੱਖ ਦੀ ਘੜੀ ਨੂੰ ਘੱਟ ਕਰਨ ਵਾਸਤੇ ਆਪ ਦੂਰ ਦੁਰਾਡੇ ਨੂੰ ਚੱਲ ਕਰਕੇ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਗਏ। ਆਓ ਸਭ ਤੋਂ ਪਹਿਲਾਂ ਦੱਸ ਲਓ ਸਤਿਗੁਰਾਂ ਦੀ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੇਰੀ ਸਾਹਿਬ ਸਿੰਘ ਇਹ ਜਿਹੜਾ ਪਰਿਵਾਰ ਨੂੰ ਘਾਟਾ ਅੜਿਆ ਗਿਆ, ਆਪਾਂ ਸਾਰੀ ਜ਼ਿੰਦਗੀ ਇਹਨਾਂ ਦਾ ਘਾਟਾ ਜਿਹੜਾ ਹੈ ਉਹ ਪੂਰਾ ਨਹੀਂ ਕਰ ਸਕਦੇ, ਕਿਉਂਕਿ ਇਸ ਸੰਸਾਰ ਦਾ ਕਿਸੇ ਦਾ ਚਲੇ ਜਾਣਾ ਆਪਾਂ ਕਦੀ ਵੀ ਮੋੜ ਨਹੀਂ ਸਕਦੇ, ਪਰ ਇਸ ਦੁੱਖ ਦੇ ਨਾਲ ਅੱਗੇ ਆ ਕੇ ਖੜੇ ਹੋਣਾ ਇਹ ਸਾਡਾ ਇਨਸਾਨੀਅਤ ਹੈ। ਇਨਸਾਨੀਅਤ ਦੇ ਨਾਤੇ
मेरे किसान वीर सारे ही उधर तो ही लगातार मेहनत कर रहे ने, लगातार नाल इस परिवार के खड़े ने। देखो इस संसार के विच सतगुरु जी कहते ने कि पाप अते अपराध दो चीजा ने, किसी के प्रति माड़ा सोचना यह है पाप, उस चीज को अंजाम दे देना उसनों कर जाना वह होता है अपराध। जेते वो परिवार ने किया है सजा परमेश्वर परमात्मा साहब श्री गुरु ग्रंथ साहिब सच्चे पातशाह उस परिवार को जरूर देना, क्योंकि दास उस इलाके तीन साल ग्रंथी की ड्यूटी करके आया है। दास उस परिवार को निजी तौर पर लागू करके जान रहा कि किस तरीके का उन्हों का व्यवहार है। आप रिश्तेदार सदन भी इतने बैठे हो गए कि जिहड़ा लड़की का जज है उसने अपना परिवार छड़िया, तीन बच्चे बड़े बेचारे दे बेचारे बच्चे जड़े ने धक्के खा रहे, तो उन्होंने कितना का करतार होगा हौमे के आड़ करके ये जरा कार्य होया है। इस घटना को अंजाम दिता गया है। मेरे तो पहले बहुत सुधवान वीर ने बोलिया है, मैं उन्होंने धन्यवाद करता है, सारी संसद का धन्यवाद करता है कि आप सब संगता इस दुख की घड़ी के इस परिवार के नाल आण करके दुख को साझा करने वास्ते पहुंचे। जे कही आप घाट घाट के आप पूरी कर नहीं सकते, थोड़ा जहा सू विचार इस मसले को यह घटना क्यों हुई है, किस तरह हुई है। सतगुरु की कृपा कर सू सारे सोची बख्श कि असी अपने बच्चों को अपने गुरु इतिहास के नाल जुड़ सकी। गुरुआ दिया कहानियां जंगा दिया कहानियां आप बच्चों को सुना सकी, क्योंकि अज लंगर गाणियां नूं सुन करके बच्चों नूं इह ते पता है कि मिर्जा कौन सी ते साहिबा कौन सी। लक्ष्मण सिंह धारोवाल जंग दे थले साड़िया गया सी बन करके, उस जंग दा अज बच्चों नूं नहीं पता, पर मिर्जा जिहड़े जंग दे थले मारे गया वह बच्चों नूं पता है। क्यों? क्यों असी लंगर गाने सुनते हैं और बच्चों नूं सुनाउंदे हां, असी सतगुरां दे नाल बच्चों नूं नहीं जोड़िया। इस समय दे विच सानूं लोड़ है सतगुरु दे नाल, गुरु दे नाल, इतिहास दे नाल, सिखी सिद्धांतां दे नाल जोड़न दी। सतगुरु कहिंदे ने सिखी सिखिया गुर विचार, सारी उम्र ये बंदा सिखदा रहेगा ते तभी सिख नहीं बन सकदा। असी ते दो किताबां पढ़ लईआं, माड़ा जिहा ज्ञान आ गया, असी ते टोकना शुरू कर दिता अपने कुत्तियां ने, उपर वाले ने टोकना शुरू कर दिता, पर असी इस नूं छड करके सतगुरां दे चरणां दे नाल लग करके बच्चों नूं भी जोड़िए आपां भी जुड़िए, क्योंकि साडा समाज अज ठंडे पाटे का अमृत छक के गात्रे भी पाता है पर त्रिया कमरा ते फिरदा है, भज्जिया दूजे खड़े फिरदा है। क्यों? ताकि अहीं बच्चों नूं समझा नहीं सके, क्योंकि साडे अंदर वो खजाना है नहीं जिहड़ा आपां दे बच्चों नूं वंड सकीए। इस करके हाथ जोड़ के बेनती है सारे आप जिथे भी सिख संगत बैठी है, जिथे भी सिख बैठा है, ये भी सोचना कि यह सारा रिश्तेदार है असी तीन मदद करनी है नहीं। जिथे भी सिख बैठा जे उन्हें कोई भी ढाल पैंती है, कोई भी लोड़ पैंती है, आप सारी सिख समाज इकट्ठे होकर के उसको नजिठने वास्ते पुजना चाहिए। इन बेनतियां दस दया प्रवान कर बड़िया भूलों हो गया होगी अंजाण बच्चा समझ के माफ करना। वाहेगुरु जी का खालसा वाहेगुरु जी का फतेह। धन्यवाद है जाए उस परिवार का कोई निशान ना रहे जिस
वाहेगुरु जी का खालसा वाहेगुरु जी की फतेह।